हेलो एंड वेलकम गाइस, कमें आई हो तुम सारे घेंट हो गए तो गाइस आप पूरे घेंट है तो गाइस रात की कहने होंगे गुरुद्वारा साहब आ गए थे तो इतों हजूर साहब जमा ही 25-30 किलोमीटर रह गया। ठीक है रात तां रुक गए कि यार नेरे हजूर साहब टेंटर करा तुम दसा दी है ना फिर दिने चलेंगे टोर में नहा नू कि टिकट धोना वा अपना। ठीक है तो टायर हूँ कहते मुंडे चौड़े पाल गए तो माड़ा जक्की जे कोई ਮਾੜਾ ਜੱਕ ਜੱਕੀ ਭਾਈ ਮੁੰਡੇ ਰਾਹ 'ਚ ਵੀ ਨਹੀਂ ਹਟਦੇ ਕਹਿੰਦੇ ਟਾਇਰਾਂ 'ਚ ਪਾਣੀ ਭਰਨਾ ਬਾਈ ਉੱਥੇ ਜਾ ਕੇ ਆਟੋ 'ਚ ਨਾ ਪਾਉਣਾ ਯਾਰ ਕਹਿੰਦਾ ਨਾ ਕਹਿੰਦਾ ਕਈ ਵਾਰੀ ਪਤਾ ਨਹੀਂ ਹੁੰਦਾ ਕੋਈ ਕਹਿ ਦੇਵੇ ਟੋ 'ਚ ਨਾ ਬਾਲੋ ਤਾਂ ਹੀ ਕਹਿੰਦਾ ਪਾਣੀ ਪੂਣੀ ਭਰ ਲਗੇ ਦੇਖ ਲਓ ਯਾਰ ਟਾਇਰ ਵੀ ਆਪਾਂ ਬਦਲਤੇ ਮੁੰਡਿਓ ਅਤੇ ਹੁਣ ਟਰੈਕਟਰ ਚੰਗੀ ਤਰ੍ਹਾਂ ਧੋ ਕੇ ਪਾਲਸ਼ ਪੂਲਸ਼ ਮਾਰ ਕੇ ਫਿਰ ਲਿਜਾਵਾਂਗੇ ਹਜ਼ੂਰ ਸਾਹਿਬ ਤਾਂ ਹੀ ਨਹੀਂ ਰਾਤ ਗਏ ਕਿ ਹੁਣ 20 ਕਿਲੋਮੀਟਰ ਪਿੱਛੇ ਖੜ੍ਹੇ ਸੀ ਕਿ ਧੋ ਕੇ ਪਾਲਸ਼ ਪੂਲਸ਼ ਮਾਰ ਕੇ ਯਾਰ ਗੁਰੂ ਘਰੇ ਜਾਣਾ ਹੈ ਨਾ ਇੰਨੀ ਵਾਰ ਟੋ ਆਈ ਵੀ ਹੁਣ ਚੰਗੀ ਤਰ੍ਹਾਂ ਧੋ ਧੂ ਕੇ ਲਿਜਾਈ ਬਸ ਠੀਕ ਆ ਕੀ ਕਰੀ ਜਾਂਦਾ ਯਾਰ ਆ ਨਹੀਂ ਆ ਰਹੇ ਲੱਭਣੇ ਸੀ ਬਾਈ ਜੇ ਟ੍ਰੇਨ ਤੇ ਆ ਜਾਂਦੇ ਸਹੀ ਸਹੀ ਦੱਸੀ ਬਾਈ ਗਰਜਿੰਦਰ ਗਰਜਿੰਦਰ ਆ ਨਹੀਂ ਆ ਰਹੇ ਲੱਭਣੇ ਸੀ ਆ ਜਿਹੜੀਆਂ ਗੱਲਾਂ ਨਾ ਆਪਾਂ ਕਦੋਂ ਬੁੜੇ ਜੇ ਹੋ ਗਏ ਚੱਲ ਪਤਾ ਨਹੀਂ ਹੋਣਾ ਕਿ ਨਹੀਂ ਆਪਦੇ ਜਵਾਕਾਂ ਜਾਂ ਨੂੰ ਦੱਸਿਆ ਕਰਾਂਗੇ ਕਿ ਅਸੀਂ ਨਾ ਟਰੈਕਟਰ ਤੇ ਗਏ ਸੀ ਸਾਡੇ ਨਾਲ ਆ ਆ ਹੋਇਆ ਆਪਣੇ ਬੁੜੇ ਜੇ ਵੀ ਦੱਸਦੇ ਹੁੰਦੇ ਆਪਾਂ ਨੂੰ ਕਿ ਉਦੋਂ ਅਸੀਂ ਐਂ ਜਾਂਦੇ ਰਹੇ ਆ ਹਨਾ ਹੁਣ ਆਪਾਂ ਵੀ ਵੱਡੇ ਹੋ ਗਏ ਆਪਦੇ ਜਵਾਕਾਂ ਨੂੰ ਕਿਆ ਕਰਾਂਗੇ ਅਸੀਂ ਐਂ ਜਾਂਦੇ ਰਹੇ ਆ ਸਾਡੇ ਨਾਲ ਹੋ ਗਿਆ ਇਹਦਾ ਲੱਗਦਾ ਵੀ ਸਾਡੇ ਪਿੱਛੇ ਆਪਾਂ ਵੀ ਦੱਸਾਂਗੇ ਪੈਸੇ ਪਿੱਛੇ ਸਾਡੀ ਵੀ ਟੀਕ ਵੱਜੀ ਸੀ ਉੱਥੇ ਜਾ ਕੇ ਆਪਾਂ ਲੈ ਗਏ ਸਹੀ ਵੀਰੇ ਕੀ ਕਹਿੰਦੇ ਕੀ ਠਾ ਦੇਾਂਗੇ ਦਾ ਬੈਗ ਕਢਾਏ ਪੋਸਟ ਆਪਾਂ ਬਈ ਇੱਕ ਤੈਨੂੰ ਆਵਾਜ਼ ਸੁਣਾਊਗਾ ਬੰਦਾ ਯਾਰ ਬਾਲਾ ਘੈਂਟ ਆ ਬੈਗ ਰੱਖ ਨਹੀਂ ਨਹੀਂ ਆ ਭੈ ਚੋ ਕਾਲੇ ਲਫਾਫੇ ਚ ਮੈਂ ਆਈ ਪਾ ਦਨੀ ਗਾਲਾਂ ਬਈ ਤੁਹਾਡੀ ਮਾੜਾ ਆ ਇੱਕ ਕਰੀ ਯਾਰ ਇੱਕ ਕਰੀ ਪਾਜੀ ਗੱਲ ਪਤਾ ਕੀ ਆ ਪਾਜੀ ਜੇ ਤੁਸੀਂ ਸ਼ਰੀਕ ਖਾ ਸ਼ਰੀਕ ਖਾਣਾ ਪਰ ਮਾਰਕੀਟ ਦੇ ਵਿੱਚ ਬਹੁਤ ਗੰਦ ਪੈਲ ਪਿੱਛੀ ਗੱਲ ਸਾਡੇ ਕੋਲ ਦਵਾਈਆਂ ਬਣੀ ਹੋਈ ਆ ਬਣੀ ਹੋਈ ਦਵਾਈ ਹੈ ਇਸੀ ਦਵਾਈ ਅੱਛਾ ਜੀ ਉਹ ਮਾਰਕੀਟ ਚ ਮੰਦਾ ਦੱਸੋ ਮਾੜਾ ਕਮੇ ਮਾਰਕੀਟ ਬਹੁਤ ਬੰਦਾ ਬੜੀ ਬਹੁਤ ਜਦ ਮੰਦਾ ਅੱਛਾ ਅੱਗੇ ਨਾ ਮਾਰਕੀਟ ਚੱਲ ਨਹੀਂ ਠੀਕ ਹੈ ਮਾਰਕੀਟ ਬੜੀ ਮੰਦੀ ਹੁੰਦੀ ਹੈ ਆਪਣੇ ਕੋਲ ਕਮੇ ਆਈ ਸੀ ਔਖਾ ਮਾੜਾ ਪਰ ਬਾਜੀ ਜਮਾ ਓਕੇ ਆ ਓਕੇ ਬਾ ਠੀਕ ਢੜ ਦੋਖਦਾ ਹੀ ਮੇਰਾ ਚੂਰ ਲੋ ਬਾਜੀ ਅੱਛਾ ਜੀ ਜੀ ਚੂਰ ਬਣਾ ਕੇ ਨਾ ਕਰੋ ਪਾਣੀ ਦਾ ਫਰਕ ਪੈ ਜਾਣਾ ਬਾਜੀ ਅੱਛਾ ਤੁਮੇ ਆ ਤੁਮੇ ਦਾ ਚੂਰ ਨਾ ਬਾਜੀ ਆ ਠੀਕ ਹੈ ਜੀ ਵਿੱਚ ਜਿਵੇਂ ਖਾਸ ਖਾਸ ਸਭ ਹੋਰ ਮਲਾਇਆ ਠੀਕ ਹੈ ਬਾਜੀ ਚੋਖੇ ਵੇਖ ਲੱਗਣੇ ਅੱਛਾ ਰੁਪਈਆ ਵਾਹ ਲੱਗਣੀ ਦਵਾਈ ਲੋ ਅੱਛਾ ਕਿਰਾ ਮੈਂ ਟੈਸਟ ਕਰਾਉ ਇਹ ਚੂਰ ਦਿਓ ਹੀ ਮੜਾ ਜੀ ਵੀਡੀਓ ਬੰਦ ਕਰੋ ਫਿਰ ਪਾਣੀ ਭਰਿਆ ਜਾ ਰਿਹਾ ਤੂੰ ਬਾਈ ਦੱਸਦਾ ਵਾਂ ਇੱਥੇ ਜਾਈ ਜਾ ਲੈਣਾ ਕਿ ਕਵੇਂ ਕਿੰਨਾ ਕ ਪਾਣੀ ਭਰਨਾ ਅੱਛਾ ਲੈਵਲ ਦੱਸਦਾ ਹੈ ਪਾਣੀ ਦਾ ਧੁੱਪ ਸੇਕ ਰਿਹਾ ਬਾਈ ਤੂੰ ਤਾਂ ਨਹੀਂ ਚੂਰ ਨਾ ਖਾਣਾ ਢੜ ਦੁਖਦੇ ਨਾ ਠੀਕ ਹੈ ਲੱਗੀ ਹੋ ਪਈਆਂ ਸੰਗ ਤਾਂ ਕਹਿੰਦੇ ਓਕੇ ਕਰ ਦੇਣਾ ਅੱਜ ਉਹ ਫੇਰ ਹੀ ਮਸ਼ਹੂਰ ਹੋਵੋਗੇ ਯਾਰ ਫੇਰ ਤੁਹਾਨੂੰ ਲੋਕ ਜਾਣਨ ਲੱਗਣਗੇ ਯਾਰ ਹੁਣ ਬੋਲਦੇ ਨਹੀਂ ਜਮਾਂ ਕਿ ਤੁਹਾਨੂੰ ਦੱਸਿਆ ਸੀ ਟਾਇਰ 'ਚ ਪਾਣੀ ਆਪਣਾ ਟਾਇਰ ਪੈਂਚਰ ਹੋ ਗਿਆ ਨਲਕੀ ਲੀਕ ਹੋ ਗਈ ਸੀਗੀ ਠੀਕ ਹੈ ਜੀ ਹੁਣ ਆਪਾਂ ਪਾਣੀ ਭਰਾਉਣ ਲੱਗੇ ਆ ਉਹ ਵੇਖ ਲੈ ਚਾਚਰਾ ਪਰ ਮੇਰਾ ਤਾਂ ਪੈਸੇ ਨਹੀਂ ਦੇਣੇ ਮੈਂ ਪੈਸੇ ਨਹੀਂ ਦੇਣੇ ਮੈਂ ਅੱਛੀ ਜੀ ਪ੍ਰੈਸ਼ਰ ਅੰਦਰ ਥੋੜਾ ਪੈਸੇ ਕੱਟ ਲਿਆ ਕੀ ਬਣ ਗਿਆ ਸਪੰਜੀ ਰਸਗੁੱਲਾ ਦਿਖਾਈ ਆਏ ਹਾਏ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਲੱਗ ਨਹੀਂ ਯਾਰ ਲਗਰੀਜ਼ ਲੱਗਾ ਐਡਾ ਮਨ ਮਨ ਦਾ ਲਾਹ ਦੇ ਤੂੰ ਐ ਗਿਆ ਹੁਣ ਮਾਰ ਦੀ ਨਾ ਜਾਂਦਾ ਕੱਪੜੇ ਕੁਪੜੇ ਅੱਜ ਵਧੀਆ ਆਪਣਾ ਟਰੈਕਟਰ ਚਮਕਾ ਲਾ ਗਿਆ ਨਾ ਟੂਰ ਲੱਦੋ ਯਾਰ ਆਹ ਕਿਉਂ ਕਹਿੰਦੇ ਅੱਜ ਚੰਗਿਆੜੇ ਕੱਢੀ ਤੁਰੇ ਆਉਂਦੇ ਮੁੰਡੇ ਫਿਰਟਾ ਕੰਮ ਯਾਰ ਟਰੈਕਟਰ ਆਪਣਾ ਧੂਣ ਵਾਲਾ ਵੀ ਸੀਗਾ ਹੁਣ ਧੋ ਕੇ ਪਾਲਸ਼ ਪੂਲ ਚ ਮਾਰਤੀ ਚਮਕਣ ਲਾਦਾ ਬਈ ਜਾਂ ਤਾਂ ਜਿਵੇਂ ਗੱਲ ਬਣਾਦੀ ਹੁਣ ਬਈ ਗੱਲ ਬਣਾਦੀ ਪੂਰੀ ਗੱਲ ਆ ਗੱਲ ਬਾਤ ਪੂਰੀ ਕੀਤੀ ਜੀ ਮਿੱਠੇ ਪੈ ਲੈ ਟਰੈਕਟਰ ਜੀ ਤੇਰੇ ਵੀਰ ਤੇ ਮੱਚੂ ਗੱਲ ਆ ਜੋ ਕਿ ਚਿਰ ਲੈ ਜੀ ਤੇ ਜਿਆਦੇ ਮਾਰਕੀਟ ਰੇਟ ਕੱਟ ਇਹਦਾ ਨਾ ਮੁੱਲ ਬੋਰ ਬਾਜੀ 5 ਲੱਖ ਉੱਤੇ ਲਾ ਤਾ ਵੀਰੇ ਨਹੀਂ ਬਾਜੀ ਥੋੜਾ ਜਿਹਾ ਰੇਟ ਵਧਾਓ ਹੋਰ ਮੁੰਡਾ ਬਾਜੀ ਮਾਰ ਨਹੀਂ ਤੇ ਤੁਹਾਨੂੰ ਥੋੜਾ ਜਿਹਾ 45 ਰੁਪਏ 45 ਰੁਪਏ ਦੀ ਹਵਾ ਗਾਇਸ ਗੁਰਦੁਆਰਾ ਸਾਹਿਬ ਆਏ ਸੀਗੇ ਆਪਾਂ ਤੁਹਾਨੂੰ ਵੀ ਪਤਾ ਹਨਾ ਰਾਤ ਰੁਕੇ ਸੀਗੇ ਤੇ ਆਪਾਂ ਬਾਬਾ ਜੀ ਨੂੰ ਪਹੁੰਚਦੇ ਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਬਾਬਾ ਜੀ ਇਹ ਲੋਕੇਸ਼ਨ ਦੱਸ ਦਿਓ ਕਿਵੇਂ ਹੋਰ ਵੀ ਕਿਸੇ ਸੰਗਤ ਨੇ ਟਰੈਕਟਰ ਲੈ ਕੇ ਜਾਂ ਗੱਡੀ ਤੇ ਆਉਣਾ ਹੋਵੇ ਹਨਾ ਇਹ ਗੁਰਦੁਆਰਾ ਵੀਰ ਜੀ ਸੰਤ ਬਾਬਾ ਤਾਰਾ ਸਿੰਘ ਜੀ ਸਰਿਆਰੀ ਸਾਹਿਬ ਵਾਲੇ ਠੀਕ ਹੈ ਜੀ ਸੰਤ ਬਾਬਾ ਕੋਲਾ ਸਿੰਘ ਜੀ ਉਹਨਾਂ ਦੀ ਸੇਵਾ ਇੱਥੇ ਚੱਲ ਰਹੀ ਹੈ ਠੀਕ ਹੈ ਜੀ ਹਜ਼ੂਰ ਸਾਹਿਬ ਤੋਂ 20 ਕਿਲੋਮੀਟਰ ਪਹਿਲਾਂ ਜੀ ਹਾਂਜੀ ਅੰਗੋਲੀ ਰੋਡ ਤੇ ਜੀ ਠੀਕ ਹੈ ਜੀ ਕਿਵੇਂ ਇਧਰੋਂ ਆਪਾਂ ਉਧਰੋਂ ਆਉਂਦੇ ਨੂੰ ਖੱਬੇ ਹੱਥ ਨਾਲ ਜੀ ਹਾਂਜੀ
ਠੀਕ ਹੈ ਦੇ ਉੱਪਰ ਹੀ ਹੈ ਸੇਵਾ ਚੱਲ ਰਹੀ ਹੈ ਦਰਬਾਰ ਦੀ ਵੀ ਹਾਂਜੀ 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 ਪੁਰਸ਼ਨ ਬਹੁਤ ਕਿਰਪਾ ਤੇ ਹਾਂ ਜਿੰਨੇ ਵੀ ਚਲਾਉਣਾ ਹੋਵੇ ਨੇਰੇ ਸਵੇਰੇ ਹਨਾ ਜੀ ਕਮਰੇ ਕਮਰੇ ਹਾਂਜੀ ਸਰਾਂ ਵੀ ਬਣੀ ਵੀ ਆ ਤੇ ਬਾਕੀ ਲੰਗਰ ਪਛਾ ਦੇਣਾ ਸਹੀ ਗਾ ਕੀ ਬਾਤ ਹੈ ਬਈ ਲੰਗਰ ਤਾਂ ਫਿਰ ਆ ਕਿੰਨੀਆਂ ਖਾਣੀਆਂ ਫਿਰ ਮੈਂ ਖਾਉਂਗਾ 7-8 ਪਤਾ ਨਹੀਂ ਕੀ ਕਰੀ ਜਾਂਦੇ ਆ ਕਬੱਡੀ ਖੇਡੀ ਜਾਂਦੇ ਆ ਓਏ ਬਾਈ ਰੁਕੇ ਪੇਸਟ ਵੇਖੀ ਕਿੱਥੇ ਡਾਈ ਪੇਸਟ ਓ ਬਾਬਾ ਬਾਬਾ ਅਪਾਰਨਾ ਕੀ ਹੋ ਗਿਆ ਏ ਕਿੱਥੇ ਆ ਕਿੱਥੇ ਬਾਬੇ ਵੀ ਆਉਂਦੇ ਵੇਖ ਐਵੇਂ ਛੱਡੀ ਜਾਂਦੇ ਯਾਰ ਲਾਈਟਾਂ ਬੰਦ ਕਰ ਦੇ ਇੱਧਰ ਮੁੰਡੇ ਦੇਗ ਬਣੀ ਜਾ ਰਹੀ ਹੈ ਕਹਿੰਦੇ ਮੁੰਡੇ ਪ੍ਰਸ਼ਾਦ ਤਿਆਰ ਕਰੀ ਜਾਂਦੇ ਆ ਘੋਟਣਾ ਚੱਲਦਾ ਬਾਬੇ ਦਾ ਮੈਕਸੀ ਵਾਂਗੂ ਚੱਲਦਾ ਵੇਖ ਕਿਉਂ ਬਹੁਤ ਟਾਈਮ ਲੱਗ ਜਾਂਦਾ ਬਾਈ ਇਹਦੇ ਬਣਾਉਣ ਤੇ ਘੱਟੋ ਘੱਟ ਟਾਈਮ 15-20 ਮਿੰਟ ਖੁੱਲੇ ਚੁੱਲੇ ਚਾਹੀਦੇ ਇਹਨੂੰ ਹਾਂ ਅੱਧਾ ਘੰਟੇ 'ਚ ਬਣਦੀ ਤਿਆਰ ਹੁੰਦੀ ਹੈ ਬਾਬੇ ਦੀ ਦੇਗ ਉੱਥੇ ਵੀ ਬਣਾਉਂਦੇ ਆ ਨਾ ਬਾਬਾ ਜੀ ਜਦੋਂ ਆਪਾਂ ਨੂੰ ਉਹ ਦਾਲ ਛਕਾਉਂਦੇ ਆ ਉਦੋਂ ਬਾਅਦ ਛਕਾਉਂਦੇ ਆ ਨੇਗ ਸਿੰਘ ਬਹੁਤ ਤਕੜਾ ਪ੍ਰੋਜੈਕਟ ਹੁੰਦਾ ਉੱਥੇ ਵੀ ਹਾਂਜੀ ਦੋ ਟਾਈਮ ਹੈ ਨਾ ਅਤੇ ਉਹ ਜਿਹੜੀ ਦੇਗ ਆ ਦੂਜੀ ਆ ਦਾਲ ਆ ਉਹ ਤਾਂ ਇੱਕ ਟਾਈਮ ਹੀ ਪਿਆਉਂਦੇ ਨਾ ਬਾਬੇ ਠੀਕ ਆ ਜੀ ਬਾਈ ਉਹ ਰੋਗ ਜੇ ਕਿਸੇ ਬੰਦੇ ਨੂੰ ਆਪਣਾ ਦੀ ਜਿੱਡਾ ਮਰਜ਼ੀ ਪੱਕਾ ਰੋਗ ਲੱਗਿਆ ਵਾ ਫਟ ਜਾਂਦਾ ਤਿੰਨ ਡੰਗ ਪੀਣੀ ਪੈਂਦੀ ਆ ਨਾ ਬਾਬਾ ਜੀ ਹੈ ਬਾਈ ਪੀ ਕੇ ਵੇਖੀ ਤੂੰ ਇੰਨੀ ਸ਼ਕਤੀਸ਼ਾਲੀ ਦੇ ਉਹ ਦੇਗ ਹੁੰਦੀ ਆ ਨਾ ਬੰਦੇ ਨੂੰ ਦੱਸਦੀ ਆ ਵੀ ਹਾਂ ਸਰੀਰ 'ਚ ਕੁਛ ਗਿਆ ਵਾ ਹਾਂਜੀ ਹਾਂਜੀ ਹਾਂ ਸਾਰੇ ਛਕਦੇ ਹਾਂ ਉਹ ਯਾਰ ਤੇਰੇ ਸਿਰ ਤੇ ਆ ਯਾਰ ਹਾਂਜੀ 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 ਬਾਕੀ ਉਹਦਾ ਬੰਦੇ ਦੀ ਠੀਕ ਆ ਜੀ ਹਾਂਜੀ ਹਾਂਜੀ ਘੰਟਾ ਖੜਕਾਉਂਦੇ ਆ ਫਿਰ ਬਹੁਤ ਵਧੀਆ ਜਗਾੜ ਹੁੰਦਾ ਵਾ ਲੋ ਵੀ ਮੁੰਡਿਓ ਲੱਕੀ ਦੀ ਰੀਝ ਪੂਰੀ ਹੋ ਗਈ ਲੱਕੀ ਕਹਿੰਦਾ ਸੀਗਾ ਪ੍ਰਸ਼ਾਦ ਛਕਣਾ ਸਾਡੇ ਬਲੌਕਰ ਸਾਹਿਬ ਬੈਠੇ ਆ ਡਾਇਨਾਸੌਰ ਲੈ ਵੀ ਮੁੰਡੇ ਸਾਰੇ ਤਿਆਰ ਹੋ ਜਾਂਦੇ ਰਾੜੇ ਨੇ ਵੀ ਕੁੜਤਾ ਪਜਾਮਾ ਪਾ ਲਿਆ ਹੁਣ ਪੱਗ ਬੰਨਣੀ ਰਹਿ ਗਈ ਆ ਪਰਨਾ ਬੰਨੂਗਾ ਕਾਲਾ ਆਏ ਹਾਏ ਕਾਲਾ ਪਰਨਾ ਟਰਾਲਾ ਵੀ ਮੁੰਡਿਆਂ ਨੇ ਐਨ ਸ਼ਿੰਗਾਰ ਕੇ ਰੱਖਿਆ ਹੋਇਆ ਇਹ ਪੂਰਾ ਘੈਂਟ ਬਣਾ ਕੇ ਰੱਖਿਆ ਕੰਮ ਦੇਖੋ ਜਾਓ ਘੈਂਟ ਆ ਨਾ ਪੂਰਾ ਬਾਈ ਉਹ ਮੈਂ ਲਾਈਟਾਂ ਲੂਟਾਂ ਵੀ ਸਾਰੀਆਂ ਲਾ ਰੱਖੀਆਂ ਵਿੱਚ ਪੂਰਾ ਕੋਕਾ ਪੀਸਾ ਪਾਲਿਸ਼ ਪੂਲਿਸ਼ ਮਾਰੀ ਆ ਡਾਇਨਾਸੌਰ 'ਤੇ ਚਮਕਾ ਤਾ ਵੇਖੋ ਕਰ ਟਾਇਰ ਟੂਰ ਜਾ ਚਮਕਦੇ ਆ ਨਹੀਂ ਚੱਲੀ ਜਾਂਦਾ ਪ੍ਰਸ਼ਾਦ ਦਾ ਕੰਮ ਲੈ ਵੀ ਆ ਗੁਰਦੁਆਰਾ ਸਾਹਿਬ ਆ ਦਰਸ਼ਨ ਕਰ ਲਓ ਤੁਸੀਂ ਸਾਰੇ ਜਾਣੇ ਹਜੇ ਤਿਆਰ ਹੋਈ ਜਾਂਦਾ ਤਿਆਰੀ ਚੱਲੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਅਤੇ ਇਹ ਗੁਰਦੁਆਰਾ ਸਾਹਿਬ ਆ ਕਿੰਨਾ ਕਿਲੋਮੀਟਰ ਰਹਿ ਗਿਆ ਘੰਟਾ ਵੀ ਰਹਿ ਗਿਆ ਹੈ ਨਾ ਕਿੰਨਾ ਕਿਲੋਮੀਟਰ ਰਹਿ ਗਿਆ ਗਾਈਸ ਪਹੁੰਚ ਗਏ ਹਜ਼ੂਰ ਸਾਹਿਬ ਫਾਈਨਲੀ ਬਸ 7 ਕਿਲੋਮੀਟਰ ਰਹਿ ਗਿਆ
वाकई यार इतने आ गए ना जी जहा बहुत लगता वाहन जल्दी कराने दर्शन किलो दो किलोमीटर रह गया इतो गोल गप्पे बाबा दीदा नहीं तेन फिर कह आ की हो गया पता होता मेनू नाल मैं निका हों मैं तेन क्या आ चढ़ के तू क्या नहीं नहीं आ नहीं पढ़ती नाल मैं निका हुआ तू आ कल आ के गया चाचा गाइस आ गए ते गुरुद्वारा लंगर साहब के सामने आप हना ट्रैक्टर खड़ाता ਕੀ ਕਹਿੰਦੇ ਹੁੰਦੇ ਪਾਰਕਿੰਗ ਹੀ ਹੈ ਇੱਕ ਹਿਸਾਬ ਦੀ ਯਾਰ ਇੱਥੇ ਖੜਾ ਦਾ ਬਾਕੀ ਪੁੱਛਦੇ ਹਾਂ ਛੱਡ ਥੱਲੇ ਲਾ ਦਾਂਗੇ ਹਨਾ ਜੇ ਹੋ ਸਕੇ ਤਾਂ ਛੱਡ ਥੱਲੇ ਲਾ ਦਾਂਗੇ ਨਹੀਂ ਤਾਂ ਇੱਥੇ ਹੀ ਟਰਾਲੀ ਥੋੜ੍ਹੀ ਗਾਂਹ ਕਰਕੇ ਟਰੈਕਟਰ ਪਿੱਛੇ ਕਰਕੇ ਤਾਂ ਟਰੈਕਟਰ ਆਪਾਂ ਢਾਕ ਦੇਣਾ ਠੀਕ ਹੈ ਮੁੜ ਕੇ ਆਪਾਂ ਚੱਲਦੇ ਹਾਂ ਦਰਸ਼ਨ ਕਰਨ ਤੁਹਾਨੂੰ ਵੀ ਕਰਾਉਂਦੇ ਠੀਕ ਆ ਅਤੇ ਬਾਕੀ ਭੁੱਖ ਲੱਗੀ ਪਈ ਲੰਗਰ ਲੁੰਗਰ ਛੱਕ ਕੇ ਆਉਂਦੇ ਹਾਂ ਹੋਰ ਫਿਰ ਅੜੇ ਸੈੱਟ ਕੰਮ ਕਿੰਨਾ ਘੈਂਟ ਹੈ ਨਾ ਚਾਰੇ ਪਾਸੇ ਮਾਹੌਲ ਜਿਹਾ ਅਤੇ ਬਾਕੀ ਆਪਾਂ ਕੋਈ ਨਾ ਚੱਲਦੇ ਹਾਂ ਬਾਹਰ ਮੁੰਡਿਓ ਅਤੇ ਬਾ ਟਰੈਕਟਰ ਢੱਕ ਢੁੱਕ ਦੇਈਏ ਫਿਰ ਚੱਲਦੇ ਹਾਂ ਲਗਤਾਂ ਲੁੱਟਾਂ ਵੀ ਕਰਦੀ ਹੈ ਬੰਦ ਗਾਈਸ ਆ ਹੈਗਾ ਗੁਰਦੁਆਰਾ ਲੰਗਰ ਸਾਹਿਬ ਅਤੇ ਹੁਣ ਆਪਾਂ ਦੋ ਨੰਬਰ ਆਪਾਂ ਰੂਮ ਆਰਾਮ ਲੈ ਲਈਏ ਪਹਿਲਾਂ ਹੈ ਨਾ ਚੰਗੀ ਤਰ੍ਹਾਂ ਆਪਦਾ ਸਮਾਨ ਸਮੂਨ ਸੰਭਾਲ ਲਈਏ ਫਿਰ ਕਰਦੇ ਹਾਂ ਗੱਲਾਂ ਬਾਤਾਂ ਠੀਕ ਹੈ ਮੁੰਡਿਓ ਚਾਚਾ ਪਤਾ ਨਹੀਂ ਕਿੱਧਰ ਉੱਠ ਗਿਆ ਯਾਰ ਗਾਈਸ ਅਸੀਂ ਰੂਮ ਲੈ ਲਿਆ ਅਤੇ ਰੂਮ ਦਾ ਵਿਊ ਦੇਖੋ ਬਾਲਕੋਨੀ 'ਚੋਂ ਵਿਊ ਮੈਂ ਤੁਹਾਨੂੰ ਰੂਮ ਵੀ ਦਿਖਾਉਂਦਾ ਠੀਕ ਹੈ ਰੂਮ ਦਾ ਵਿਊ ਹੈਗਾ ਅੰਦਰੋਂ ਤੁਹਾਨੂੰ ਰੂਮ ਦਿਖਾਉਣਾ ਵਾਹ 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 ਸਿਰਾ ਲੱਗਿਆ ਮੈਂ ਰੂਮ ਵਾਲਾ ਤਾਂ ਏਸੀ ਉਸੀ ਲੱਗਿਆ ਸਹੀ ਆ ਇਹ ਆਪਾਂ ਰੂਮ ਮਿਲਿਆ 400 ਰੁਪਏ ਚ ਹੈ ਨਾ ਬਈ ਹਾਂ ਮਾੜਾ ਥੋੜਾ ਵੇਖ ਕੰਨਿਆ 400 ਰੁਪਏ ਚ ਬਈ ਕੁਛ ਵੀ ਨਹੀਂ 400 ਰੁਪਏ ਤਾਂ ਇੱਥੇ ਬੰਨਿਆ ਕਰਾਂਗੇ ਗੋਲ ਦਮਾਲੇ ਕੀ ਕਰਨਾ ਮਨ ਕਦੇ ਨਹੀਂ ਆਏ ਆ ਵੀ ਆ ਟੱਟੀ ਖਾਣਾ ਇਹ ਨੌਮ ਵਾਲਾ ਬਈ ਤੇ ਨੌਮ ਨਾ ਟੱਟੀ ਆਵੇ ਇੱਧਰ ਇੱਧਰ ਟੱਟੀ चलो हम ट्रैक्टर लिया के रखी रखिए कहीं ना खड़ाई चलो खिलार देने कहता थले चलो गाइस असी उठ गए थे थोड़ा काम जहा करा क्योंकि ना यार गलती होगी थोड़ा जहा उ यार अपना पिंड का ना नहीं लिखा फिर इसे करके ना सारे पूछी जाते बी के पिंड है फिर आप लिखा लिया दसो फिर संत ज्ञानी जरनैल सिंह खालसा पिंड वाले पिंड रोडे जिला मोगा ਪੰਜਾਬ AK-47 ਵਾਲੇ ਠੀਕ ਆ ਤੇ ਸਾਈਡ ਤੇ ਵੀ ਤੁਹਾਨੂੰ ਦਿਖਾਉਣਾ ਕੀ ਲਿਖਿਆ ਵਾ ਆਹ ਦੇਖੋ ਆਹ ਨਵਾਂ ਯਾਰ ਸੰਤਾਂ ਦੇ ਪਿੰਡੋਂ ਕਿਉਂ ਇਹ ਨਾ ਆਪਾਂ ਵੱਡਾ ਜਿਹਾ ਕਰਕੇ ਲਿਖਾਵਾਂਗੇ ਪਿੰਡ ਜਾ ਕੇ ਹੁਣ ਤਾਂ ਥੋੜ੍ਹਾ ਕੀ ਕਹਿੰਦੇ ਹੁੰਦੇ ਆ ਯਾਰ ਜਲਦਬਾਜ਼ੀ ਜੀ ਕੰਮ ਕੀਤਾ ਠੀਕ ਆ ਅਤੇ ਬਾਕੀ ਹੁਣ ਫੋਟੋ ਸੰਤਾਂ ਦੀ ਵੱਡੀ ਕਰਕੇ ਲਾਵਾਂਗੇ ਅਤੇ ਆਹ ਬਾਈਆਂ ਨੇ ਬਣਾ ਕੇ ਦਿੱਤਾ ਥੈਂਕ ਯੂ ਬਰੋ ਜੇ ਬਣਾਉਣ ਕੇ ਲਈ ਹੋਰ ਠੀਕ ਹੋ ਕੋਈ ਨਾ ਕੱਲ੍ਹ ਲਾਉਣਾ ਆਪਾਂ ਕੱਲ੍ਹ ਕੱਢੇਂਗੇ ਬਾਹਰ ਠੀਕ ਆ ਟਰੈਕਟਰ हाँ बस ठीक है कल कर देना वीडियो वीडियो शूट ठीक है हाँ हाँ कोई चक्कर ही नहीं धालीवाल साडा भाई ओके काटो बोलना दे ऐ क्यों अर्जेंट लो बनी माड़ा जा चलो फिर लंगर छक के ते दो तीन घंटे सौ जाइए मुड़ के मुंडो एक बजे उठांगे वह भी बलॉग थोनू ए बलॉग च ही दिखा देंगे एक बजे वाला
ਇਹ ਫਿਰ ਉਦੋਂ ਐਂਡ ਕਰਾਂਗੇ 3-4 ਵਜੇ ਹਾਂ 4 ਵਜੇ ਐਂਡ ਕਰਾਂਗੇ ਆਹ ਵਾਲਾ ਵਲੌਗ ਤੇ ਬਾਕੀ ਟਿਕਟ ਟੱਕਦੇ ਨਹੀਂ ਯਾਰ ਕਿਉਂਕਿ ਸੋਹਣਾ ਲੱਗਦਾ ਆਪਣਾ ਡਾਇਨਾਸੌਰ ਖੜਾ ਹਨਾ ਸਾਰੇ ਦੇਖ ਦੇਖ ਜਾਂਦੇ ਆ ਵਧੀਆ ਲੱਗਦਾ ਤਾਂ ਹੀ ਨਹੀਂ ਟਕਿਆ ਬਾਕੀ ਆਹ ਦੱਸੋ ਕਮੈਂਟ ਕਰਕੇ ਕਿੱਦਾਂ ਲੱਗਿਆ ਗਾਈਸ ਇਹ ਹੈਗਾ ਗੁਰਦੁਆਰਾ ਲੰਗਰ ਸਾਹਿਬ ਹਨਾ ਤੇ ਕੀ ਕਹਿੰਦੇ ਹੁੰਦੇ ਆ ਬਾਲਣ ਦੇਖੋ ਕਿਉਂ ਚਿਣਿਆ ਪਿਆ ਨਾ ਬਾਲਣ ਹਾਂ ਅਰਸ਼ ਚਿਣਿਆ ਪਿਆ ਨਾ ਬਾਲਣ ਐਂ ਚੜ ਜਾ ਭਾਵੇਂ ਤਾਂ ਹਨਾ ਤੇ ਆਪਾਂ ਤੁਹਾਨੂੰ ਗਾਈਸ ਲੰਗਰ ਹਨਾ ਇੱਧਰ ਦੇਖਦੇ ਹਾਂ ਜੇ ਹੋਇਆ ਕਿਵੇਂ ਬਣਦਾ ਵਾ ਪ੍ਰੋਪਰ ਬਾਕੀ ਸਾਰੇ ਦਰਸ਼ਨ ਕਰਾਵਾਂਗੇ ਤੁਹਾਨੂੰ ਅੱਛਾ ਸਟੀਮ ਨਾਲ ਹੀ ਹੁੰਦਾ ਸਾਰਾ ਤਿਆਰ ਗਾਈਸ ਇਹ ਹੈਗੇ ਬੈਲਰ ਹਨਾ ਸਟੀਮ ਨਾਲ ਸਾਰਾ ਲੰਗਰ ਤਿਆਰ ਹੁੰਦਾ ਵਾ ਇੱਥੋਂ ਕਿਵੇਂ ਅੱਗ ਮੱਚੀ ਜਾਂਦੀ ਆ ਹਨਾ ਇੱਥੋਂ ਮੁੜ ਕੇ ਬਣਦੀ ਆ ਸਟੀਮ ਸਟੀਮ ਬਣ ਕੇ ਸਾਰਾ ਲੰਗਰ ਤਿਆਰ ਹੁੰਦਾ ਬਹੁਤ ਵਧੀਆ ਯਾਰ ਗਾਈਸ ਇੱਥੇ ਹੁੰਦਾ ਲੰਗਰ ਤਿਆਰ ਉੱਥੋਂ ਸਟੀਮ ਬਣ ਕੇ ਆ ਪੈਪਾਂ ਨਾਲ ਸਟੀਮ ਆ ਜਾਂਦੀ ਆ ਤੇ ਇੱਥੇ ਫਿਰ ਮੁੜ ਕੇ ਸਾਰਾ ਲੰਗਰ ਤਿਆਰ ਹੁੰਦਾ ਸਟੀਮ ਨਾਲ ਪਕੌੜੇ ਬਣ ਰਹੇ ਨੇ ਸਵੇਰੇ ਕੁਛ ਨਾ ਛਕਾਂਗੇ ਵੇਖੋ ਬਾਈ ਪਕੌੜੇ ਪੂੜੇ ਬਣੀ ਹੁੰਦੇ ਕੱਲ੍ਹ ਨੂੰ ਪ੍ਰੋਗਰਾਮ ਆ ਬਾਬੇ ਕਹਿੰਦੇ ਅਤੇ ਕੱਲ੍ਹ ਨੂੰ ਫਿਰ ਛਕਾਂਗੇ ਆਪਾਂ ਵੀ ਗੋਭੀ ਵਾਲੇ ਆਲੇ ਫਿਰ ਲੱਗਿਆ ਪਿਆ ਆਹ ਤੂੰ ਦੇਗਾ ਵੇਖ ਤੇ ਜਲੇਬੀਆਂ ਵੀ ਬਣੀ ਜਾਂਦੀਆਂ ਹਨਾ ਦੇਖੋ ਕੰਮ ਚੱਲਦਾ ਰਹਿੰਦਾ ਹਾਂ ਜਿੱਥੇ ਜਲੇਬੀਆਂ ਕੱਢੀ ਜਾਂਦੇ ਸੀ ਬਾਈ ਹੋਰੇ ਉਹ ਬਣਾਈ ਜਾਂਦੇ ਅੱਜ ਕੱਢ ਸਾਰਾ ਦੇਖੋ ਇਹ ਤੜਕਾ ਤਿਆਰ ਹੋਈ ਜਾਂਦਾ ਮੁੰਡੇ ਇੰਨੇ ਗੰਢੇ ਪਾ ਕੇ ਕਹਿੰਦੇ ਬਾਹਾਂ ਰਹਿ ਜਾਂਦੀਆਂ ਹੋਣਗੀਆਂ ਬਾਈ ਬਾਹਾਂ ਰਹਿ ਜਾਂਦੀਆਂ ਹੋਣਗੀਆਂ ਅੱਛਾ ਇਹ ਸਾਗ ਆ ਜੀ ਹਾਂ ਬਾਈ ਆਟਾ ਪਾਇਆ ਉੱਤੇ ਮੱਕੀ ਦਾ ਇਹ ਤੜਕਾ ਲਾ ਕੇ ਤੇ ਫਿਰ ਹੋ ਜਾਣਾ ਮੁੜ ਕੇ ਆਪਣੇ ਵਾਸਤੇ ਤਿਆਰ ਦਾ ਸੰਗਤ ਵਾਸਤੇ ਹੋ ਰਿਹਾ ਬਹੁਤ ਵਧੀਆ ਯਾਰ ਬਾਈ ਬਾਹਾਂ ਰਹਿ ਜਾਂਦੀਆਂ ਬਾਹਾਂ ਹਾਂ ਇੱਧਰ ਪਕੌੜੇ ਪਕੌੜੇ ਤਿਆਰ ਹੋਏ ਨੇ ਇਹ ਤਾਂ ਯਾਰ ਸਮੈਲ ਹੀ ਬਹੁਤ ਘੈਂਟ ਆ ਰਹੀ ਹੈ ਕਾਮੇ ਬਹੁਤ ਵੱਡੇ ਵੱਡੇ ਹਨਾ ਬਹੁਤ ਵੱਡੇ ਵੱਡੇ ਬਰਤਨ ਹਨਾ ਜੀ ਠੀਕ ਆ ਇੱਥੇ ਕੀ ਹੁੰਦਾ ਇੱਕ ਮੈਂ ਸਾਰਾ ਸਟੀਮ ਵਾਲਾ ਹੀ ਆ ਹਨਾ ਹਾਂ ਠੀਕ ਆ ਜੀ ਅਵੇ ਦਾਲ ਵੀ ਹਨਾ ਮੁੰਡੇ ਸਿਰ ਨੀ ਝੁਕਾਉਂਦੇ ਮਰਨਾ ਮਨਜ਼ੂਰੇ ਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰ ਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰ ਦਾਣਾ ਅਣ ਕਹਿਲੀ ਮੁੰਡਾ ਪੱਟਿਆ ਰੱਖਾਂ ਨੇ ਤੇਰੀ ਡੋਜ਼ ਪੈਨ ਦਾ ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ